ਸੜਕਾਂ ਨਾਲੀਆਂ ਅਜੇ ਤੱਕ ਉਹਨਾਂ ਦੇ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈ ਪਿੰਡਾਂ 'ਚ ਔਰ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਆਉਂਦੀਆਂ ਉਹਨਾਂ ਦੇ ਜਿਵੇਂ ਸਕੂਲ ਨਹੀਂ ਹੈ ਬਿਲਡਿੰਗ ਠੀਕ ਨਹੀਂ ਹੈ ਜੇ ਪਿੰਡ ਦੇ ਹਿਸਾਬ ਨਾਲ ਪਾਪੂਲੇਸ਼ਨ ਦੇ ਹਿਸਾਬ ਨਾਲ ਸਕੂਲ ਅਪਗ੍ਰੇਡ ਨਹੀਂ ਹੋਏ ਅਤੇ ਇਸ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕੀਤਾ ਜਿਵੇਂ ਟੋਇਲੈਟਸ ਨਹੀਂ ਜਿਹੜੇ ਗ੍ਰਾਂਟ ਆਈ ਉਹ ਵੀ ਇਹਨਾਂ ਨੂੰ ਮਿਲੀ ਬੁੱਢਿਆਂ ਨੂੰ ਪੈਨਸ਼ਨ ਵੀ ਨਹੀਂ ਮਿਲ ਰਹੀ ਕੋਈ ਜਿਹੜਾ ਮੁਆਵਜ਼ਾ ਪਿੱਛੋਂ ਆਉਂਦਾ ਜੋ ਉਹ ਇਹਨਾਂ ਤੱਕ ਮਿਲਦਾ ਨਹੀਂ ਹੈ ਇਹਨਾਂ ਨੂੰ ਭੈਣ ਜੀ ਤੁਸੀਂ ਕਿਸ ਮੁੱਦੇ 'ਤੇ ਵੋਟ ਲੜ ਰਹੇ ਹੋ ਅੱਜ ਮੁੱਦਾ ਕੀ ਹੈ ਕਿਸ ਮੁੱਦੇ 'ਤੇ ਵੋਟ ਲੜ ਰਹੇ ਮੈਂ ਸਿਰਫ ਸੱਚ ਲਈ ਲੜ ਰਹੀ ਹਾਂ ਕਿ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਗਰੀਬ ਲੋਕਾਂ ਨੂੰ ਦੇਖੋ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੀ ਹਾਂ ਅਤੇ ਉਹਨਾਂ ਦੇ ਸਿੱਖਿਆ ਤੋਂ ਲੈ ਕੇ ਮੈਂ ਦੁਖੀ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਇਹ ਇਨਸਾਨ ਹੈ ਜੋ ਇਹਨਾਂ ਦੇ ਬਣਦੇ ਹੱਕ ਆ ਇਹਨਾਂ ਨੂੰ ਦਿੱਤੇ ਜਾਣ ਅਤੇ ਜਾਇਜ਼ ਜਿੰਨੀ ਵੀ ਮਦਦ ਮੈਂ ਕਰ ਸਕਦੀ ਇਹਨਾਂ ਦੀ ਸਹਾਇਤਾ ਕਰ ਸਕਦੀ ਭੈਣ ਜੀ ਤੁਹਾਡੇ ਸਾਹਮਣੇ ਤਿੰਨ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਹੋ ਜਿਹਾ ਪ੍ਰਭਾਵ ਹੈ ਉਹਨਾਂ ਦਾ ਤੁਹਾਡੇ ਹਲਕੇ ਦੇ ਵਿੱਚ ਦੇਖੋ ਆਪ ਪਾਰਟੀ ਦਾ ਕੋਈ ਜ਼ਿਆਦਾ ਵਜੂਦ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਜਿੰਨੇ ਵਾਅਦੇ ਕਰਦੇ ਆ ਬਾਕੀ ਜਿਵੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ ਇਹਦੇ ਬਾਰੇ ਵੀ ਇਹ ਸੁਣਨ 'ਚ ਆਉਂਦਾ ਹੈ ਦੇਖੋ ਮੇਰੇ ਕੋਲ ਕਿਹੜਾ ਕੋਈ ਪਰੂਫ ਹੈ ਮੈਂ ਸਿਰਫ ਸੁਣਨ 'ਚ ਆਉਂਦਾ ਕਿ ਆਪ ਪਾਰਟੀ ਕਰ ਰਹੀ ਹੈ ਬਾਕੀ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਮੇਰੇ ਹਿਸਾਬ ਨਾਲ ਮੈਂ ਨਹੀਂ ਦੇਖੀਆਂ ਪਹਿਲਾਂ ਹੁੰਦੀਆਂ ਸੀ ਹੁਣ ਇਹ ਕੁਛ ਹੋ ਰਿਹਾ ਅਤੇ ਆਪ ਪਾਰਟੀ ਨੂੰ ਮੈਂ ਜ਼ਿਆਦਾ ਪਸੰਦ ਨਹੀਂ ਕਰਦੀ ਇੱਕ ਨਵੀਂ ਪਾਰਟੀ ਹੈ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਕਿਸੇ ਨਾਲ ਨਹੀਂ ਦੇਖੋ ਪਬਲਿਕ ਦੀ ਡਿਮਾਂਡ 'ਤੇ ਮੈਂ ਖੜੀ ਹੋਈ ਹਾਂ ਲੋਕ ਮੈਨੂੰ ਬਹੁਤ ਵੱਡੇ ਲੈਵਲ 'ਤੇ ਸਮਰਥਨ ਦੇ ਰਹੇ ਹੈ ਦੂਸਰੀਆਂ ਪਾਰਟੀਆਂ ਨਾਲੋਂ ਕਾਂਗਰਸ ਪਾਰਟੀ ਬੀਜੇਪੀ ਆਪ ਪਾਰਟੀ ਨਾਲੋਂ ਛੱਡ ਨਸ਼ਿਆਂ ਦੀ ਗੱਲ ਕਰਾਂ ਪਿੱਛੇ ਵੀ ਇਹਦੇ ਮੁੱਦੇ ਉੱਠੇ ਨੇ ਨਸ਼ਿਆਂ ਦੇ ਉੱਪਰ ਕਿੰਨਾ ਕੁ ਨਸ਼ਾ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀਆਂ ਧੀਆਂ ਵੀ ਨਸ਼ਾ ਕਰਦੀਆਂ ਪੰਜਾਬ ਵਿੱਚ ਬਹੁਤ ਨਸ਼ਾ ਫੈਲ ਚੁੱਕਿਆ ਮਤਲਬ ਬਹੁਤ ਘਰਾਂ 'ਚ ਇਹ ਨਹੀਂ ਕਹਿ ਸਕਦੇ ਹਰ ਘਰ 'ਚ ਪਰ ਬਹੁਤ ਘਰਾਂ 'ਚ ਨੌਜਵਾਨ ਅੱਜ ਦਾ ਨੌਜਵਾਨ ਨਸ਼ੇ 'ਚ ਡੁੱਬ ਚੁੱਕਿਆ ਆਪਦੇ ਸਾਰੀਆਂ ਜ਼ਿੰਮੇਵਾਰੀਆਂ ਬੁਲਾ ਕੇ ਨਸ਼ੇ 'ਤੇ ਹੋ ਚੁੱਕੇ ਆ ਅਤੇ ਇਸਦਾ ਕਾਫੀ ਦੁੱਖ ਹੈ ਕਿ ਪੰਜਾਬ ਵਿੱਚ ਇੰਨਾ ਨਸ਼ਾ ਫੈਲ ਗਿਆ ਭੈਣ ਜੀ ਕੈਂਡੀਡੇਟ ਦੀ ਮੈਂ ਗੱਲ ਕਰਾਂ ਕੈਂਡੀਡੇਟ ਵਾਸਤੇ ਐਜੂਕੇਸ਼ਨ ਸਟੱਡੀ ਅਤੇ ਏਜ ਕਿੰਨੀ ਕੁ ਜ਼ਰੂਰੀ ਹੈ ਦੇਖੋ ਜੀ ਉਹ ਕੰਮ ਸਹੀ ਕਰ ਸਕੇ ਜਿਹੜਾ ਬੰਦਾ ਕੰਮ ਸਹੀ ਕਰ ਸਕੇ ਉਹ ਠੀਕ ਹੈ ਕਈ ਵੱਡੀ ਏਜ ਵੀ ਸਹੀ ਨਹੀਂ ਕਰ ਪਾਉਂਦੇ ਕਈ ਛੋਟੀ ਏਜ ਵੀ ਸਹੀ ਕਰ ਪਾਉਂਦੇ ਇਹ ਤਾਂ ਡਿਪੈਂਡ ਕਰਦਾ ਕੈਂਡੀਡੇਟ 'ਤੇ ਕਿਉਂ ਕਰ ਸਕਦਾ ਐਜੂਕੇਸ਼ਨ ਕਿੰਨੀ ਕੁ ਜ਼ਰੂਰੀ ਹੈ ਮਾਡਰਨ ਦਾ ਜਵਾਬ ਐਜੂਕੇਸ਼ਨ ਜ਼ਰੂਰੀ ਹੈ ਜੀ ਆਪਾਂ ਕੋਈ ਵੀ ਕੰਮ ਕਰਦੇ ਉਹਦੇ ਲਈ ਐਜੂਕੇਸ਼ਨ ਜ਼ਰੂਰੀ ਹੈ ਚਾਹੇ ਆਪਾਂ ਹਾਊਸ ਕੀਪਰ ਹੀ ਹਾਂ ਤਾਂ ਵੀ ਐਜੂਕੇਸ਼ਨ ਤਾਂ ਜ਼ਰੂਰੀ ਹੈ ਹਰ ਕੰਮ ਹਰ ਗੱਲ ਲਈ ਐਜੂਕੇਸ਼ਨ ਦਾ ਜ਼ਰੂਰੀ ਹੈ ਜੀ ਭੈਣ ਜੀ ਹਮੇਸ਼ਾ ਵੋਟਾਂ ਦੇ ਵਿੱਚ ਨਸ਼ੇ ਵੰਡ ਕੇ ਸ਼ਰਾਬ ਵੰਡ ਕੇ ਜਾਂ ਪੈਸੇ ਵੰਡ ਕੇ ਵੋਟ ਖਰੀਦ ਲਏ ਜਾਂਦੇ ਨੇ ਇਹਨਾਂ ਦੇ ਸਖਤ ਕਾਨੂੰਨ ਬਣਨਾ ਚਾਹੀਦਾ ਹਾਂਜੀ ਬਿਲਕੁਲ ਦੇਖੋ ਇੱਕ ਪਾਸੇ ਆਪਾਂ ਪਬਲਿਕ ਦੇ ਰਾਖੇ ਬਣਦੇ ਹਾਂ ਨੇਤਾ ਬਣਦੇ ਹਾਂ ਦੂਸਰੇ ਪਾਸੇ ਆਪਾਂ ਵੋਟ ਸਿਰਫ ਆਪਦੀ ਕੁਰਸੀ ਲਈ ਅੱਜ ਦੇ ਨੌਜਵਾਨ ਨੂੰ ਨਸ਼ੇ 'ਚ ਡੁਬੋ ਰਹੇ ਹਾਂ ਉਹਨਾਂ ਨੂੰ ਸ਼ਰਾਬ ਅਤੇ ਨਸ਼ੇ ਵੰਡ ਰਹੇ ਹਾਂ ਇਹ ਕਿੱਥੋਂ ਦਾ ਨਿਆਂ ਹੈ ਐਸਾ ਨੇਤਾ ਤੁਸੀਂ ਆਪ ਹੀ ਸੋਚੋ ਕਿ ਦੁਨੀਆਂ ਦਾ ਦੇਣਾ ਚਾਹੋਗੇ ਕਿ ਅੱਜ ਦੀ ਸਥਿਤੀ ਤੁਸੀਂ ਦੇਖੋ ਲੱਚਰ ਗੀਤਾਂ ਦੇ ਨਾਲ ਦੱਬਿਆ ਪਿਆ ਪੰਜਾਬ ਨਸ਼ਿਆਂ ਦੇ ਨਾਲ ਦੱਬਿਆ ਪਿਆ ਪੰਜਾਬ ਬੇਰੁਜ਼ਗਾਰੀ ਨਾਲ ਦੱਬਿਆ ਪਿਆ ਪੰਜਾਬ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਕਿ ਨਸ਼ੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਸਾਫ਼ ਸੁਥਰਾ ਜੀਵਨ ਹੋਣਾ ਚਾਹੀਦਾ ਸਾਰਿਆਂ ਦਾ ਭੈਣ ਜੀ ਆਪਣੇ ਜਿਹੜੇ ਵੋਟਰ ਸਪੋਰਟਰ ਨੇ ਆਪਣੇ ਹਲਕੇ ਦੇ ਸਾਡੇ ਚੈਨਲ ਰਾਹੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਉਹਨਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਵੋਟ ਦੇ ਕੇ ਮੈਨੂੰ ਕਾਮਯਾਬ ਕਰੋ ਔਰ ਮੈਂ ਵਿਸ਼ਵਾਸ ਦਵਾਉਂਦੀ ਹਾਂ ਕਿ ਇੱਕ ਸੱਚਾ ਰਾਜ ਹੋਊਗਾ ਜਿਹਦੇ 'ਚ ਸਾਰਿਆਂ ਨਾਲ ਇਨਸਾਫ਼ ਹੋਊਗਾ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਮੈਂ ਪਬਲਿਕ ਦੀ ਡਿਮਾਂਡ 'ਤੇ ਰਾਜਨੀਤੀ 'ਚ ਕਦਮ ਰੱਖਿਆ ਨਹੀਂ ਤਾਂ ਪਹਿਲਾਂ ਰਾਜਨੀਤੀ 'ਚ ਆਉਣ ਦਾ ਕੋਈ ਮੇਰਾ ਵਿਚਾਰ ਨਹੀਂ ਸੀ ਮੈਂ ਹੁਣ ਸੱਚੇ ਦਿਲੋਂ ਸੇਵਾ ਕਰਨਾ ਚਾਹੁੰਦੀ ਹਾਂ ਔਰ ਮੈਨੂੰ ਵੋਟ ਦੇ ਕੇ ਕਾਮਯਾਬ ਕਰਨਗੇ ਤਾਂ ਉਹਨਾਂ ਨੂੰ ਵੀ ਨਿਆਂ ਮਿਲ ਸਕੇ